ਬਾਬਾ ਅੱਜ ਬੜਿਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਚੋਟੀਆਂ। ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ, ਜ਼ਿਲ੍ਹੇ ਮੋਗੇ ਦਾ ਪਿੰਡ, ਫਤਿਹਗੜ੍ਹ ਪੰਜਤੂਰ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਚੋਟੀਆਂ। ਤੇ ਜੋਗੇ ਵਾਲਾ ਤਕਰੀਬਨ ਇੱਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਆ। ਮਹੂ ਸ਼ਹਿਰ ਦੋਸਤੋ, ਮਹੂ ਕਸਬਾ ਕੋਈ 15 ਕਿਲੋਮੀਟਰ ਦੀ ਦੂਰੀ ਆ। ਧਰਮਕੋਟ ਵੀ ਕੋਈ 15-16 ਕਿਲੋਮੀਟਰ ਆ, ਤੇ ਕੋਟੀ ਸੇਖਾਂ ਦੀ ਦੂਰੀ ਵੀ ਦੋਸਤੋ ਕੋਈ 15-16 ਕਿਲੋਮੀਟਰ ਦੀ ਆ। ਤੇ ਮੋਗਾ ਤਕਰੀਬਨ ਕੋਈ 26-27 ਕਿਲੋਮੀਟਰ ਦੀ ਦੂਰੀ ਆ ਦੋਸਤੋ। ਇਹ ਇਸ ਪਿੰਡ ਦੀ ਡਿਸਟੈਂਸ ਹੈਗੀ ਆ ਦੋਸਤੋ, ਜਿਹੜੇ ਨੇੜੇ ਨੇੜੇ ਆਪਾਂ ਤੁਹਾਨੂੰ ਸ਼ਹਿਰ ਦੱਸੇ ਆ। ਵੀਰ ਸੋਨੂ ਕੋਲ ਪਹੁੰਚੇ ਆ ਦੋਸਤੋ। ਵੀਰ ਸੋਨੂ ਦਾ ਪਸ਼ੂ ਵਪਾਰ ਦਾ ਕੰਮ ਆ, ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਵੱਡੀ ਗਿਣਤੀ ਦੇ ਵਿੱਚ। ਤੁਹਾਨੂੰ ਪਹਿਲਾਂ ਵੀ ਆਪਾਂ ਪਸ਼ੂ ਦਿਖਾਉਂਦੇ ਰਹੀਦਾ, ਕੋਈ 8-7 ਪਸ਼ੂ ਜਿਹੜੇ ਆ ਮੌਜੂਦ ਹੁੰਦੇ ਆ, ਠੀਕ ਆ ਜੀ। ਅੱਜ ਮੱਝਾਂ ਤੁਸੀਂ ਦੇਖੋਗੇ ਤਕਰੀਬਨ ਕੋਈ 6 ਵਕਾਊ ਆ, ਤੇ 6 ਦੇ 6 ਪਸ਼ੂ ਸੂਏ ਆ। ਬਾਕੀ ਪੂਰੀ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਲੈਂਦੇ ਆ। ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ, 18 ਮਈ, ਤੇ ਸਮਾਂ ਕੋਈ ਮਾਰਨਿੰਗ ਦੇ 9 ਵਜੇ ਦਾ। ਆਓ ਲੈਂਦੇ ਆ ਵਧੇਰੇ ਡਿਟੇਲ। ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਹੋਰ ਠੀਕ ਠਾਕ ਜੀ? ਬਹੁਤ ਵਧੀਆ ਸੋਨੂ ਭਰਾ, ਠੀਕ ਠਾਕ? ਕਿਰਪਾ ਮਹਾਰਾਜ ਗੁਰੂ ਰਾਮਦਾਸ ਦੀ ਬੜੀ ਕਿਰਪਾ ਹੈ। ਸ਼ੁਕਰ ਸ਼ੁਕਰ ਵੀਰ ਮਾਲਕ ਦਾ ਕਿ ਹਾਂਜੀ ਆਪਣੇ ਸੰਸਾਰ 6 ਆ ਜੀ। ਸੀਗੇ ਸੂਬੀਆਂ ਕਰਨ ਵਾਲੀ, ਇੱਕ ਗੱਬਣ ਉਹ ਵੀ ਸੁਣਦੀ ਪਈ ਆ, ਬਾਕੀ 6 ਤਾਜ਼ੀਆਂ ਸੁਈਆਂ ਜੀ। ਠੀਕ ਆ ਜੀ। ਹਾਂ ਸਾਰੀਆਂ ਤਿੰਨਾਂ ਚੋਰ ਚਾਰਾਂ ਦਿਨਾਂ ਦੀ ਸੁਈਆਂ। ਦੋਸਤੋ ਇਹ ਬੱਚੇ ਵੀ ਪ੍ਰੋਪਰ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਇਕੱਲੇ ਇਕੱਲੇ ਪਸ਼ੂ ਦਾ, ਇਕੱਲੀ ਇਕੱਲੀ ਮੱਝ ਝੋਟੀ ਦਾ ਬੱਚਾ ਨਾਲ ਦੀ ਨਾਲ ਦਿਖਾ ਦਾਂਗੇ, ਤੇ ਸਾਰੇ ਪਸ਼ੂ ਸੂਏ ਸੁਭਾਏ ਆ। ਸੋ ਜਿਹੜਾ ਵੀ ਐਨੀਮਲ, ਜਿਹੜਾ ਵੀ ਰੇਟ ਪੜਤਾ ਪਸੰਦ ਆਊਗਾ, ਉਹਦੀ ਤੁਸੀਂ ਇੱਥੇ ਆਣ ਕੇ ਆਪਦੀ ਡਿਬੇਟ ਕਰ ਲਿਓ, ਗੱਲਬਾਤ ਕਰ ਲਿਓ। ਤੇ ਤੁਹਾਨੂੰ ਵੀਰ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਜੇ? ਤੇ ਸੰਧੂ ਸਾਹਿਬ, ਝੋਟੀ ਨੂੰ ਪਿਛਲੀ 18 ਤਰੀਕ ਦੀ ਸੰਦੀਪ ਤੇ ਡੇਅਰੀ ਫਾਰਮ ਤੇ ਪਈ ਸੀ ਵੀਡੀਓ ਲੱਭਣ ਦੀ। ਅੱਜ ਨੂੰ 24-25 ਦਿਨ ਹੋ ਗਏ ਸੂਈ ਨੂੰ, ਇੱਦਾਂ ਹੀ ਮਿਲ ਪੈਂਦੀ ਹੈ ਜੀ। ਠੰਡੀ ਕਰਮ ਵਾਲੀ ਵੀ ਇੰਜੀ ਬਹਿ ਜਾ ਲੈ। ਤੇ ਦੁੱਧ ਕਿੰਨਾ ਥੱਲੇ? ਦੁੱਧ 8 ਕਿਲੋ ਸੰਧੂ ਸਾਹਿਬ, 8 ਕਿਲੋ। ਚੋਣ ਚਣ ਧਾਰਾ ਬਰਾਬਰ ਲੈ, ਪੋਰਾ ਫਰਕ ਨਾ ਹੋਊਗਾ ਜੀ ਕਿਸੇ ਥਾਂ ਚ। ਲਓ ਆਹ ਦੇਖੋ ਅਗਲੇ ਥਾਣਾ ਦੀ ਚਵਾਈ ਦੋਸਤੋ, ਕੋਈ 2-2, 4-4 ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿੱਤੀਆਂ ਨੇ, ਠੀਕ ਆ। ਆਹ ਮਗਰਲੇ ਥਾਣਾ ਦੀ ਚਵਾਈ ਆ, ਠੀਕ ਆ। ਓਕੇ ਜੀ, ਓਕੇ। ਤੇ ਝੋਟੀ ਹੈਗੀ ਦੂਜਾ ਕਿ ਤੀਜਾ ਸੂਆ ਜੀ? ਦੂਜਾ ਸੂਆ ਸੰਧੂ ਸਾਹਿਬ ਜੀ, ਦੂਜਾ ਸੂਆ। ਹਾਂਜੀ ਲਿਆਓ ਵੀਰ। ਲਓ ਦੋਸਤੋ 8 ਕਿਲੋ ਦੁੱਧ ਆ, ਤੇ ਅੱਜ ਕੋਈ 25 ਦਿਨਾਂ ਦਾ ਆਈਡੀਆ ਮੰਨ ਲਿਓ, ਕਿਉਂਕਿ 18 ਤੋਂ 18 ਅੱਜ 1 ਮਹੀਨਾ ਹੋ ਗਿਆ, ਤੇ ਉਦੋਂ ਗੱਭਣ ਦੀ ਕਿਤੇ ਵੀਡੀਓ ਪਈ ਸੀਗੀ, ਠੀਕ ਆ। ਤੇ ਮਿਲਦੀ ਦੋਸਤੋ ਦੋਵੇਂ ਟਾਈਮ ਜਿਹੜੀ ਆ ਇਸੇ ਤਰ੍ਹਾਂ ਹੀ ਆ, ਬਿਲਕੁਲ ਇੱਕ ਬੂਸ਼ੀ ਬਣੀ ਆ ਆਰਟੀਫਿਸ਼ੀਅਲ, ਠੀਕ ਆ ਜੀ, ਉਹਦੇ ਤੇ ਮਿਲਦੀ ਆ। ਤੇ ਦੋਵੇਂ ਡੰਗਾਂ ਦਾ ਜਿਹੜਾ ਦੋਸਤੋ 8 ਕਿਲੋ ਦੁੱਧ, ਠੀਕ ਆ, ਹਾਈਟ ਮੀਡੀਅਮ ਦੇ ਵਿੱਚ। ਤੇ ਬਾਕੀ ਆਹ ਫੇਸ ਕੁਆਲਿਟੀ ਜੀ, ਠੀਕ ਆ ਜੀ, ਮਗਰਲੇ ਖੁਰ ਧੋਤੇ ਆ, ਆਕੂ ਕਬੇਲੀ। ਤੇ ਚੋਣ ਚਣ ਚੰਗੀ ਆ, ਬਾਕੀ ਥਣ ਇੱਕੋ ਜਿਹਾ ਹੈਗਾ ਸਾਈਜ਼ ਵਿੱਚ। ਵਿਰਲ ਬਿਲਕੁਲ ਆ ਤੁਹਾਡੇ ਸਾਹਮਣੇ ਆ, ਆਹ ਤਸੱਲੀ ਨਾਲ ਇੱਕ ਵਾਰੀ ਤੁਸੀਂ ਵੀਡੀਓ ਦੇਖ ਲਿਓ, ਠੀਕ ਆ ਜੀ। ਆ ਵੇਖੋ ਸੋਨੂੰ ਕੀ ਰੇਟ ਰਹੂਗਾ ਇਹਦਾ? ਸੰਧੂ ਸਾਹਿਬ ਉਦਾਂ ਬੱਚਾ ਹੁੰਦਾ ਫਿਰ 70 ਦੀ ਵਿਕ ਜਾਣੀ, 65 ਦੀ ਵਿਕ ਜਾਣੀ, 63,000 ਦੀ ਦੇ ਦਾਂਗੇ। 63,000 ਦੀ? ਹਾਂਜੀ ਜੀ, ਕਸਰਾ ਕੁਸਰਾ ਕੱਢ ਕੇ ਮਾਲ ਦਈਏ ਆਪਾਂ। 70,000 ਦੀ ਲਈ ਆ ਜੀ ਸੰਦੀਪ ਡੇਅਰੀ ਫਾਰਮ ਤੇ ਚੈਨਲ ਦੇ, 2 ਘੱਟ 70 ਦੀ ਵੀਡੀਓ ਪਈ ਵਿੱਚ, ਕਿਰਾਇਆ ਕੁਰਾਇਆ ਪਾ ਕੇ 4 ਘੱਟ ਆਪਾਂ ਨੂੰ 70 ਚ ਪੈਂਦੀ ਹੈ ਜੋ। ਠੀਕ ਆ ਜੀ, ਠੀਕ ਆ ਜੀ, ਇਹ ਤਾਂ ਬੱਚੇ ਦੇ ਆਪਾਂ ਘਟਾਉਣੇ ਆ, ਠੀਕ ਆ। 63,000 ਦੀ? ਹਾਂ 63,000 ਰੁਪਏ ਦੀ ਦੇਣੀ ਬਾਉ ਜੀ, 63,000 ਦੀ ਅੱਜ ਜੀ। ਹਾਂ ਇੱਕ ਆਪਣੀ ਇਹ ਗਰੰਟੀ, ਜੇ ਅਗਲੇ ਘਰੇ ਮਿਲੇ ਨਾ ਜਾ ਕੇ, ਉਹ ਵਾਪਸ ਕਰਾਂਗੇ ਆਪਾਂ, ਠੀਕ ਹੈ। ਲਓ ਜੀ, ਹਾਂ
63,000 ਦੀ ਦੋਸਤੋ ਇਹ ਤੁਹਾਨੂੰ ਝੋਟੀ ਹੋ ਜਾਊਗੀ 8 ਕਿਲੋ ਦੁੱਧ ਤੇ ਦਿਨ ਬਿਲਕੁਲ ਸੱਜਰ ਦੀ ਸੂਈ ਮੰਨ ਕੇ ਸੌਦਾ ਕਰ ਲਿਓ। ਅੱਗੇ ਸੋਨੂੰ ਬਾਈ ਦੂਜਾ ਸਵਾ ਝੋਟੀ ਪਰਸੋਂ ਤੜਕੇ ਦੀ ਸੂਈ ਆ ਨਾੜੂ ਖਾਓ ਬੱਚੇ ਦਾ ਪਰਸੋਂ ਦੀ ਆ ਜਿਹੜੀ ਹਾਂ ਕੱਟੀ ਆ ਮਗਰ ਕੱਟੀ ਆ ਗਈ ਆ ਦੂਜਾ ਦੋਸਤੋ ਨੰਬਰ ਆ ਇਸ ਝੋਟੀ ਦਾ ਇਸ ਮੱਝ ਦਾ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮਗਰ ਕੱਟੀ ਆ ਤੇ ਅੱਜ ਦੂਜੇ ਤੀਜੇ ਦਿਨ ਦੇ ਵਿੱਚ ਹਾਂਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਬੋਲਾ ਕਿੰਨਾ ਬੋਲਾ ਸੋਨ ਸਾਹਿਬ ਜੇ ਝੂਠ ਵਾਲਾ ਫਿਰ 10-11 ਕਿਲੋ ਝੂਠ ਕਿਹੜੀ ਕਿਲੋ ਮਾਰ ਗਿਆ ਆਪਾਂ ਸਹੀ 9 ਕਿਲੋ ਜੀ ਅੱਛਾ ਜੀ ਹਾਂ ਸਹੀ 9 ਕਿਲੋ ਆਪਾਂ ਝੂਠ ਮਾਰਨਾ ਨਹੀਂ ਗਏ ਹਾਂ ਆਪਾਂ ਗੱਲ ਹੀ ਉਨੀ ਕਰਨੀ ਹੈ ਵੀਰ ਹਾਂ ਲਓ ਵੀ 9 ਕਿਲੋ ਦੋਸਤੋ ਬੋਲਾ ਹੈ ਇਸ ਝੋਟੀ ਦੇ ਥੱਲੇ ਕੱਦ ਉੱਚਾ ਪੂਰਾ ਵੱਡੇ ਕੱਦ ਕਾਠ ਦੇ ਵਿੱਚ ਬਾਕੀ ਆ ਫੇਸ ਕੁਆਲਿਟੀ ਤੋਂ ਆ ਮੂੰਹ ਮੱਥਾ ਸਿੰਘਾਂ ਦੀ ਬਣਤਰ ਠੀਕ ਹੈ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਤੋ ਢਾਂਚਾ ਢੂੰਚਾ ਤੁਸੀਂ ਇਸ ਮੱਝ ਦਾ ਵੇਖ ਕੇ ਚੈੱਕ ਕਰੋ ਸਿੰਗਲ ਹੱਡੀ ਦੀ ਆ ਦੋਸਤੋ ਵੱਡੇ ਕੱਦ ਕਾਠ ਦੇ ਵਿੱਚ ਮਗਰ ਵੀ ਕੱਟੀ ਆ ਤੇ 9 ਕੁ ਕਿਲੋ ਬੌਲੇ ਤੇ ਹਜੇ ਚੱਲ ਰਹੀ ਆ ਸ਼ੁਰੂਆਤ ਚੰਗੀ ਆ ਬਾਕੀ ਅੱਗੇ ਦੁੱਧ ਦੋਸਤੋ ਅੱਗੇ ਸੇਵਾ ਦਾ ਪਾਏ ਦਾ ਠੀਕ ਆ ਬਾਕੀ ਤੁਹਾਨੂੰ ਵੀਰ ਚਲੋ ਹੁਣ ਤਾਂ ਮੈਨੂੰ ਤਾਂ ਬੌਲੇ ਤੋਂ ਵੀ ਕੱਲ ਦੀ ਆਪਾਂ ਸਾਫ਼ ਕਰ ਸਾਫ਼ ਕੀਤੀ ਹੋਈ ਸੰਸਰ ਬਿਲਕੁਲ ਜੋਨ ਚਣ ਧਾਰਾ ਬਰਾਬਰ ਇੱਕ ਨੰਬਰ ਜੀ ਧਾਰ ਕਿਸੇ ਮੈਂ ਦੇ ਵੱਧ ਘੱਟ ਹੋਇਆ ਆਪਾਂ ਬੈਠੇ ਜੀ ਠੀਕ ਹੈ ਭਰਾ ਹਾਂ ਚਵਾਈ ਇੱਕ ਨੰਬਰ ਹੋ ਗਈ ਇਹ ਤੁਹਾਨੂੰ ਵੀਰ ਕਿੰਨੇ ਦੀ ਦੇ ਦਈਏ ਫਿਰ ਸੰਸਰ ਮੁੱਲ ਭਾਵੇਂ 1-10 ਭਾਵੇਂ 1-8 1-6 ਦੀ ਦੇ ਦਈਏ 1-6 ਦੀ ਹਾਂਜੀ ਕਰਦੇ ਹੋਰ ਮਾਨ ਤਨ ਮੈਂ ਤਾਂ 1-5 ਦੀ ਦੇ ਦਾਂਗੇ ਅੱਛਾ ਜੀ ਹਾਂਜੀ ਲਓ ਜੀ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਹੈ ਵੀਰੋ ਕੋਈ ਇਹ ਨਹੀਂ ਹੈਗਾ ਕਿ 12 ਦੀ ਹਾਈਟ ਨਹੀਂ ਦੋਗੀ ਆਰਾਮ ਕੋਈ ਛੋਟੀ ਹਾਈਟ ਨਹੀਂ ਕਿ ਵੱਡੇ ਕੱਦ ਦੇ ਵਿੱਚ ਠੀਕ ਆ ਸੋ ਥਣ ਪੂਰਾ ਨੋਕ ਵਾਲਾ ਆਪਾਂ ਕਹਿ ਲੈਨੇ ਵੀ ਕਲਮੀ ਥਾਣਾ ਠੀਕ ਆ ਜੀ ਨੋਕ ਵਾਲਾ ਥਾਣਾ ਅਗਲੇ ਪਿਛਲੇ ਥਣਾਂ ਦਾ ਸਹਿਜ ਸੋ ਕੱਦ ਕਾਠ ਤੁਸੀਂ ਆ ਵੇਖ ਕੇ ਚੈੱਕ ਕਰੋ ਮਗਰ ਕੱਟੀ ਆ ਠੀਕ ਆ ਤੇ ਅੱਗੇ ਤੀਜੇ ਨੰਬਰ ਤੇ ਸਾਨੂੰ ਇਹ 14 ਦਿਨਾਂ ਦੀ ਸੂਈ ਆਈ ਅੱਛਾ 10 ਕਿਲੋ ਹੀ ਚਾਰ ਹੈ ਤਿੰਨਾਂ ਚੌਂ ਦਿਨਾਂ ਦੀ ਹਾਂ 5 ਦਿਨ ਲਾ ਲਓ 4 ਲਾ ਲਓ ਕੱਟਾ ਮਗਰੇ ਦੇ ਜੀ ਮਗਰ ਕੱਟਾ ਆ ਗਿਆ ਹਾਂਜੀ ਤੇ ਸੂਆ ਕੋਠੜਾ ਬੱਚਾ ਜੀ ਸੂਆ ਤੱਜਾ ਜੀ ਤੱਜਾ ਹਾਂਜੀ ਠੀਕ ਹੈ ਜੀ ਲਓ ਦੋਸਤੋ ਸੂਆ ਤੱਜਾ ਦੱਸ ਰਿਹਾ ਵੀਰ ਬਾਕੀ ਹਾਈਟ ਕੱਦ ਇਹਦਾ ਵੀ ਤਕਰੀਬਨ ਕੋਈ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਮੱਝਾਂ ਦੇ ਵਿੱਚ ਹੀ ਆ ਆ ਬੱਚਾ ਸੰਸਾਰ ਤੇ ਮਗਰੇ ਦੇ ਕੱਟਾ ਠੀਕ ਆ ਤੇ ਸੋਨੂੰ ਵੀਰ ਹੁਣ ਬੋਲਾ ਕਿ ਦੁੱਧ ਸੰਧੂ ਸਾਹਿਬ 10 ਕਿਲੋ ਪੂਰਾ ਜੀ ਭਾਵੇਂ ਵੀਰ ਕੋ ਬੋਲਾ ਮੰਨ ਲਓ ਹਾਂ ਦੁੱਧ ਮੰਨ ਲਈ 10 ਕਿਲੋ ਦੋਸਤੋ ਜਿਵੇਂ ਥਲੇ ਜਿੰਨਾ ਦੱਸਾਂਗੇ ਉਹਨਾਂ ਹੀ ਨਿਕਲੂਗਾ ਜੀ ਠੀਕ ਆ 10 ਕਿ ਕਿਲੋ ਕੋਈ ਵੀਰ ਦੁੱਧ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ ਇਹ ਕੱਟਾ ਮਗਰ ਮੇਲ ਕਾਫ ਠੀਕ ਆ ਜੀ ਮੱਝ ਚੰਗੀ ਆ ਦੋਸਤੋ ਲੰਬੀ ਲੰਬੀ ਪੂਰੀ ਆ ਹਾਈਟ ਕੱਦ ਮੀਡੀਅਮ ਬਾਕੀ ਪਤਲੇ ਪਿੰਡੇ ਦੇ ਵਿੱਚ ਆ ਠੀਕ ਆ ਇੱਕ ਰੰਗ ਆ ਮੈਨੂੰ ਲੱਗਦੀ ਹੈ ਵੀ ਬਲੈਕ ਹੀ ਆ ਬਲੈਕ ਆ ਜੀ ਸਾਰੀ ਸੰਧੂ ਸਾਹਿਬ ਬਲੈਕ ਆਈ ਇੱਕ ਨੰਬਰ ਆ ਜੀ ਆ ਵੇਖੋ ਜੀ ਭਾਲਾ ਭੁੰਡਾ ਚੰਗਾ ਖੁੱਲਾ ਲੇਵਾ ਤੇ ਦੁੱਧ ਸੋਨਾ ਚਵਾ ਦੂਗੀ ਵੈਸੇ ਹੋਣ ਹੀ ਤਕਰੀਬਨ 10 ਕਿਲੋ ਆ ਪੌਲੇ ਤੋਂ ਬਾਅਦ ਯਾਰ ਜੀ ਸੰਧੂ ਸਾਹਿਬ 10 ਕਿਲੋ ਇਸ ਟਾਈਮ ਇੰਦਾ ਹਾਂ ਅੱਛਾ ਸੋਨੂੰ ਇਹਦਾ ਵੀਰ ਕੀ ਕਰਦਾ ਮੁੱਲ ਫਿਰ ਸੰਸਾ ਮੁੱਲ ਭਾਵੇਂ 90-92 ਜੋ ਮਰਜ਼ੀ ਹਾਂਜੀ 86 ਦੀ ਦੇ ਦਈਏ 86 ਦੀ 85,000 ਦੀ ਲੱਟ ਦੇ ਦਾਂਗੇ ਸੰਸਾ ਜੀ ਯੈਸ ਨੂੰ ਜੀ ਹਾਂ ਯੈਸ ਨੂੰ ਅੰਦੇ ਛੋਟ ਛਾੜ ਕਰ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ 85,000 ਦੀ ਹੈ ਦੋਸਤੋ ਤੁਹਾਨੂੰ ਮਿਲ ਜੂਗੀ ਠੀਕ ਆ ਮਗਰ ਕੱਟਾ ਇਹਦੇ ਸੂਆ ਤੀਜਾ ਸੂਈ ਆ ਬਿਲਕੁਲ ਤਾਜ਼ੀ ਆ ਹਜੇ ਬੌਲੇ ਤੋਂ ਬਾਹਰ ਹੀ ਆਈ ਆ ਤੇ 10 ਕੁ ਕਿਲੋ ਕੋਈ ਵੀਰ ਦੁੱਧ ਬੇਸ਼ੱਕ ਮੰਨ ਕੇ ਤੁਸੀਂ ਸੌਦਾ ਕਰ ਲਿਓ ਬੈਕ ਸਾਈਡ ਤੋਂ ਇੱਕ ਵਾਰੀ ਥਾਂ ਲੈਵਾ ਤੁਸੀਂ ਫੇਰ ਵੇਖ ਕੇ ਚੈੱਕ ਕਰੋ ਠੀਕ ਆ ਜੀ ਇੱਕੋ ਜਿਹੇ ਥਾਂ ਆ ਭਾਂਡਾ ਭੁੰਡਾ ਬਿਲਕੁਲ ਇਕਸਾਰ ਅੱਛਾ ਤੇ ਅਗਲਾ ਨਾਗਾ ਆਪਣੇ ਕੋਲ ਜਿਹੜਾ ਆ ਗਿਆ ਜੀ ਚੌਥੇ ਨੰਬਰ ਤੇ ਆ
13 ਕਿਲੋ ਦੁੱਧ ਸੰਧੂ ਸਾਹਿਬ ਜੀ ਘਰੇ ਆਏਗਾ, ਕੋਈ 13 ਕਿਲੋ ਚਵਾ ਕੇ ਦੇਵਾਂਗੇ। ਚੰਗੀ ਖਾਸ ਵੀ ਹੈ। ਆਨਲਾਈਨ ਮੰਗਾਏਗਾ ਤੇ 12 ਕਿਲੋ ਕੱਟੀ ਮਗਰਾ ਜੀ। ਮਗਰ ਕੱਟੀ ਹੈ ਕਿੰਨੇ ਦਿਨਾਂ ਦੀ ਸੂਈ? 10 ਤੋਂ 12 ਦਿਨ ਹੋ ਗਏ ਸੂਈ ਨੂੰ ਜੀ। ਅੱਛਾ ਜੀ। ਹਾਂ ਜੇ ਘਰੇ ਵੀਰ ਚੋਗੇ ਜਾਊ 13 ਦੇਵਾਂਗੇ, ਜੋ ਜੋ ਮੰਗਾਊਗਾ ਤੇ 12 ਕਿਲੋ ਦੇਵਾਂਗੇ। ਠੀਕ ਹੈ ਜੀ। ਦਵਾਈ ਭੂਰ ਛੱਟਾ ਹੋਵੇ ਆਪਾਂ ਜ਼ਿੰਮੇਵਾਰ ਹੋਵਾਂ। ਅੱਛਾ, ਦੇਣੇ ਨੂੰ ਕਿੰਨੇ ਦੱਸੇ? ਸੰਧੂ ਸਾਹਿਬ 12 ਹੋ ਗਏ, 13 ਹੋ ਗਏ। 12 13 ਦਿਨਾਂ ਦੀ ਮਗਰਾ ਜੀ। ਸੂਆ ਕਿੰਨਾ ਹੈ? ਸੂਆ ਦੂਜਾ ਹੀ ਝੋਟੀ। ਲਓ ਜੀ। ਸੋ ਚੰਗੇ ਚੌੜੇ ਪਿੱਠਪੁੜੇ ਦੇ ਵਿੱਚ ਆ ਦੋਸਤੋ, ਸੋਹਣੀ ਹਾਈਟ ਕੱਦ ਦੇ ਵਿੱਚ ਦੁੱਧ। ਵੈਸੇ ਘਰ ਦਾ ਜਿਹੜਾ ਦੋਸਤੋ ਇੱਥੇ ਚੋਣ ਵਾਲਾ ਦੁੱਧ 13 ਕਿਲੋ ਆ। ਕੋਈ ਵੀਰ ਆਨਲਾਈਨ ਸੌਦੇ ਤੇ ਮੰਗਾਉਂਦਾ ਤੇ 12 ਕਿਲੋ ਦੀ ਤਸੱਲੀ ਤੇ ਭੇਜ ਦਿੱਤੀ ਜਾਊਗੀ। ਠੀਕ ਆ। ਇਹਦੇ ਮਗਰ ਤੁਹਾਨੂੰ ਮੇਲ ਕਾਫ ਸੀ? ਕੱਟੀ ਕੱਟੀ ਇਹਦੇ ਮਗਰ ਵਿੱਚ ਕੱਟੀ ਹੈ। ਕਾਪੀ ਲਾ। ਚੋਣ ਚਣਾ ਹੈ ਚੰਗੀ ਪੋਲੀ। ਸੰਧੂ ਸਾਹਿਬ 1 ਨੰਬਰ ਹੈ ਜੀ ਚਵਾਈ। ਠੀਕ ਹੈ। ਤੇ ਇਹਦਾ ਤੁਹਾਨੂੰ ਮੁੱਲ ਫਿਰ ਕੀ ਕਰਦੇ? ਸੰਧੂ ਸਾਹਿਬ ਮੁੱਲ ਤਾਂ ਭਾਵੇਂ ਡੇਢ ਵੀ ਕਰ ਲਈਏ। ਅੱਛਾ ਜੀ। 1.35 ਵੀ ਕਰ ਲਈਏ। ਹਾਂ। 1.26 ਦੀ ਦੇਣੀ ਹੈ ਜੀ। 1.26 ਦੀ? ਹਾਂ ਜੀ। ਠੀਕ ਹੈ ਜੀ। ਹਾਂ, ਜੇ ਘਰੇ ਚੋਗਲ ਜਾਊ 13, ਉਦਾਂ ਮੰਗਾਊ 12। ਠੀਕ ਹੈ ਜੀ। 1,26,000 ਦੀ ਦੋਸਤੋ ਲੈਦੇ ਆ। ਹਾਂ ਜੀ। ਬਾਕੀ ਚੰਗੇ ਸੋਹਣੇ ਪਿੱਠਪੁੜੇ ਦੇ ਵਿੱਚ, ਸੋਹਣੀ ਹਾਈਟ ਦੇ ਵਿੱਚ, ਤੇ ਆਰਡਰ ਕੁਆਲਿਟੀ ਬਿਲਕੁਲ ਤੁਸੀਂ ਦੇਖ ਲਈ ਆ। ਬਹੁਤ ਖੂਬਸੂਰਤ ਥਾਂ ਲੱਗਾ, ਮੁੱਠੀ ਥਾਂ ਆ। ਠੀਕ ਆ। ਤੇ ਬਾਕੀ ਵਿਖਾ ਲਈ ਤੁਹਾਨੂੰ, ਨਾਰਮਲੀ ਤੁਸੀਂ ਅਜਜਮੈਂਟ ਕਰ ਹੀ ਲੈਣੀ ਆ। ਤੇ ਮਗਰ ਤੇ ਕੱਟੀ ਕੱਟੀ ਮਗਰ ਆਵੇ ਸੰਧੂ ਸਾਹਿਬ, ਕੱਟੀ ਵਿਖਾਓ ਜੀ। ਆਈ 12-13 ਕਿਲੋ ਵਾਲੀ ਮੱਝ ਝੋਟੀ ਦੇ ਥੱਲੇ ਦੋਸਤੋ ਇਹ ਕੱਟੀ ਆ। ਠੀਕ ਆ। ਸੋ 12 ਦਿਨਾਂ ਦੀ ਸੂਈ ਹੈ ਤੇ 12-13 ਕਿਲੋ ਦੁੱਧ ਆ। ਠੀਕ ਆ। ਇੱਕ ਉਹ ਫੜਨੀ ਆ ਮਗਰ ਕੱਟੀ, ਇਹਨੂੰ ਫੜੀ ਜਾ ਉਹਨੂੰ। ਬਾਕੀ ਝੋਟੀ ਬਹੁਤ ਖੂਬਸੂਰਤ ਆ, ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ। ਸਾਡੀ ਸਾਨੂੰ ਪਰਸੋਂ ਤੜਕੇ ਦੀ ਸੂਈ ਆ, ਕੱਟੀ ਮਗਰ ਆਈ। ਤੇ ਨੰਬਰ 5ਵਾਂ ਆ ਗਿਆ ਆਪਣੇ ਕੋਲ। ਹਾਂ, ਨੰਬਰ 5ਵਾਂ ਆਈ। ਹੋਰ ਕੋਈ ਜੇ ਮੰਨ ਲੈ, ਕੋਈ ਮੰਨ ਲੈ ਚੌਥੇ ਜਫਰਾਬਾਦੀ ਆਈ। ਅੱਛਾ ਜੀ। ਹਾਂ ਜੀ, ਠੀਕ ਆ ਜੀ। ਪਰਸੋਂ ਦੀ ਸੂਈ ਮਗਰ ਕੱਟੀ, ਪਰਸੋਂ ਤੜਕੇ ਦੀ ਮਗਰ ਕੱਟੀ 10 ਕਿਲੋ ਬੋਲਾ ਸਟਾਰਟਿੰਗ ਵਾਲਾ। ਚਵਾਈ ਲੱਗੀ ਜੀ ਵੀ ਦੂਜੇ ਘਰ ਜਾਂਦੀ ਆਵਾਜ਼। ਅੱਛਾ। ਹਾਂ, ਇਹੋ ਹੀ ਚਵਾਈ ਲੱਗੀ, ਖੜਾਕ ਪੂਰਾ ਹੈ। ਹਾਂ ਲਓ ਦੋਸਤੋ, ਸੋਹਣੇ ਪਿੱਠਪੁੜੇ ਦੇ ਵਿੱਚ ਤੀਜਾ ਕਿ ਤੀਜਾ ਸੂਆ, ਤੀਜਾ ਮੰਨ ਲੈ ਵੀਰ ਜੀ। ਅੱਛਾ ਜੀ। ਹਾਂ, ਜਫਰਾਬਾਦੀ ਆਈ ਸੰਧੂ ਸਾਹਿਬ ਜੀ। ਸਿੰਘ ਜਿਹੜੇ ਦੋਸਤੋ ਉੱਚੇ ਬੈਕ ਨੂੰ ਥੋੜੇ ਹੋ ਗਏ, ਉੱਚੇ ਖੁੱਲੇ ਸਿੰਘ ਆ। ਠੀਕ ਆ। ਤੇ ਜਿਵੇਂ ਇੱਕ ਸਾਈਡ ਤੋਂ ਆਪਾਂ ਜਫਰਾਬਾਦੀ ਦੇ ਸਿੰਘ ਵੇਖਦੇ ਆ। ਠੀਕ ਆ। ਤੇ ਕੱਦ ਤੁਸੀਂ ਵੇਖ ਕੇ ਚੈੱਕ ਕਰੋ ਤੇ ਜੰਮੀ ਪਲੀ ਪੂਰੀ ਆ, ਪੂਰੀ ਭਾਰੀ ਆ, ਵਜਨ ਮਜ਼ਬੂਤ ਵਾਲੀ ਆ, ਮਗਰ ਦੇ ਕੱਟੀ ਆ। ਠੀਕ ਆ ਜੀ। ਤੇ ਸਟਾਰਟਿੰਗ ਬਹੁਤ ਚੰਗੀ ਆ। ਠੀਕ ਆ ਜੀ। 10 ਕੁ ਕਿਲੋ ਤੋਂ ਸਟਾਰਟਿੰਗ ਬੋਲੇ ਦੀ। ਆ ਜਾ। ਬਾਕੀ ਹੈ ਵੀ ਜੰਪਲ ਕਿਤੇ ਬਾਹਰ ਬੂਰ ਦੀ ਹੈ ਪਾਸੇ ਦੀ। ਚਲ ਤੋਰ ਹੀ ਕਰਨਾ ਉਧਰ ਲੈ ਜਾ। ਰੋਕ ਪਰਾਂ ਤੋੜ ਦੇ, ਪਰਾਂ ਉਧਰ ਲੈ ਜਾ। ਚੱਲ ਵੀ ਪਾਣੀ ਪੀਣ ਲੱਗ ਪੀਵੇਗੀ। ਚੱਲ ਇੱਕ ਬੰਨਿਆ ਉੱਥੇ, ਕੋਈ ਬਾਤ ਕਰ ਲਈ। ਠੀਕ ਆ ਜੀ। ਤੇ ਅੱਛਾ, ਤੁਹਾਨੂੰ ਇਹਦੇ ਥੱਲੇ ਹੁਣ 10 ਕਿਲੋ ਬੋਲਾ ਪੂਰਾ ਸੰਧੂ ਸਾਹਿਬ, 10 ਕਿਲੋ ਬੋਲਾ ਬੱਚਾ ਵਿਖਾ ਦਿਓ, ਨਾੜੂ ਤੇ ਬੱਚਾ ਜੀ, ਕੱਟੀ ਮਗਰ ਆਈ। ਮਗਰ ਕੱਟੀ ਆ। ਹਾਂਜੀ, ਦਿਖਾ ਦਿੰਦੇ ਆ। ਬਾਕੀ ਚੋਣ ਜਣਾ ਪੂਰੀ ਬੰਬੇ ਪਾਸ ਨੰਬਰ ਹੈ ਜੀ, ਦੂਜੇ ਘਰੇ ਵੱਜ ਜਾਂਦੀ ਚਵਾਈ। ਠੀਕ ਆ। ਤੇ ਮੁੱਲ ਇਹਦਾ ਕੀ ਰਹੂਗਾ? ਸੰਧੂ ਸਾਹਿਬ ਮੁੱਲ ਭਾਵੇਂ ਕਰ ਲਈਏ ਸਵਾ, ਹਾਂ 1.22 ਦੀ ਦੇਣੀ। 1.22 ਦੀ? ਹਾਂਜੀ। ਲਓ ਜੀ, 1.22 ਦੀ ਦੋਸਤੋ ਇਹ ਦਿੱਤੀ ਜਾਊਗੀ। ਠੀਕ ਆ ਜੀ। ਮੁੱਲ ਚਾਹੇ 1.25 ਲੱਖ, ਪੂਰੇ ਵੱਡੇ ਕੱਦ ਕੱਟ ਦੇ ਵਿੱਚ ਆ, ਕੋਈ ਛੋਟੀ ਨਹੀਂ ਗੀ, ਫੁੱਲ ਵੱਡੀ ਹਾਈਟ ਦੇ ਵਿੱਚ। ਸੋ ਲੈਂਥ ਲੂੰਥ ਤੁਸੀਂ ਆ ਵੇਖ ਕੇ ਚੈੱਕ ਕਰੋ। ਠੀਕ ਆ। ਤੇ 1 ਤੋਂ 1 ਮੱਝਾਂ ਨੇ ਦੋਸਤੋ। ਠੀਕ ਆ ਜੀ। ਮੱਝਾਂ ਝੋਟੀਆਂ 1 ਤੋਂ 1 ਵੱਧ ਨੇ। ਬਾਬ ਆ ਲਓ। ਠੀਕ ਆ ਜੀ। ਠੀਕ ਆ। ਤੇ ਆ ਬੱਚਾ ਮਗਰ ਕੱਟੀ ਫੀਮੇਲ ਕਾਫ ਦੀ। ਹਾਂਜੀ, ਆ ਕੱਟੀ। ਇੱਧਰ ਮਾਰ ਦਿਓ ਮਾੜਾ, ਤੁਰੀ ਜਾਓ। ਇਹਨਾਂ ਨੂੰ ਇਕੱਠੀਆਂ ਨੂੰ ਫੜਨਾ, ਸੋਟੀ ਆ ਫਲ ਆ, ਬਾਹਰ ਇਕੱਠੀਆਂ ਕੱਢਾਂਗੇ ਦੋਵਾਂ।
ਲਓ ਜੀ ਠੀਕ ਆ। ਸੋ ਪੂਰੀ ਵੱਡੀ ਦੋਸਤੋ ਇਹ ਝੋਟੀ ਆ, ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ। ਰੇਟ ਪੜਤਾ ਵੀ ਬਿਲਕੁਲ ਠੀਕ ਠਾਕ ਹੈ, ਕਿਉਂਕਿ ਐਡੇ ਪਸ਼ੂ ਦੋਸਤੋ ਲੈਣੇ ਹੁਣ ਤੇ ਪੈਸੇ ਚਲੋ ਆਪਾਂ ਕਿਸੇ ਨਾ ਕੋਈ ਜਿੱਤਿਆ ਨੀ, ਕੋਈ ਬਹਿਸ ਨੀ, ਆਪੋ ਦੀ ਸਮਝ ਆ ਜੀ, ਸਮਝ ਆਪੋ ਆਪਣੀ ਜੀ, ਠੀਕ ਆ ਜੀ। ਤੇ ਚੰਗਾ ਪਸ਼ੂ ਤਾਂ ਨਾ ਤੁਹਾਨੂੰ ਵੀਰ ਇੱਕ ਆ ਗਈ ਆਪਣੇ ਕੋਲ, ਦੂਜਾ ਸੂਆ ਝੋਟੀ ਸੁਣਦੀ ਵੀ ਆ ਜੀ। ਅੱਛਾ ਜੀ, ਹਾਂਜੀ ਦੂਜਾ ਸੂਆ, ਹਾਂਜੀ ਠੀਕ ਆ ਜੀ। ਵੈਸੇ ਤਿਆਰੀ ਹੈ ਬਸ ਹੁਣ ਸੂਪ, ਹਾਂਜੀ ਉਹ 10 ਮਿੰਟ ਨਾਲ ਸੂਪ ਮਤਰਾਕਾ ਭੰਦਾ ਕਰਮਾਲੀ ਨੇ, ਠੀਕ ਆ ਜੀ। ਹਾਂਜੀ ਬਾਬੂ ਦੋਸਤੋ ਦੂਜਾ ਸੂਆ ਕਦਕੂ ਦੇ ਦਾ ਵੀ ਚੰਗਾ, ਠੀਕ ਆ ਜੀ, ਮੀਡੀਅਮ ਤੋਂ ਉੱਚੀ ਹਾਈਟ ਆ। ਤਿਆਰੀ ਤੇ ਬਸ ਕੋਈ 10-15 ਮਿੰਟਾਂ ਵਿੱਚ ਸੂਪ ਹੋ ਗਈ, ਠੀਕ ਆ। ਤੇ ਸੋਹਣੇ ਪਿੱਠ ਪੁੜੇ ਦੇ ਵਿੱਚ ਆ, ਤਿਆਰੀ ਚੰਗੀ ਆ, ਠੀਕ ਆ ਜੀ। ਬਾਕੀ ਥਣ ਲੇਵੇ ਦੀ ਸਾਫ਼ ਸੁਥਰੀ ਦਿਖਾਈ ਦੇ ਰਹੀ ਆ, ਇੱਕੋ ਜਿਹੇ ਥਾਂ ਇੱਕੋ ਜਿਹਾ ਲੇਵਾ। ਠੀਕ ਆ। ਤੇ ਸੋਨੂ ਇਹਦਾ ਵੀਰ ਮੁੱਲ, ਸੰਧੂ ਸਾਹਿਬ ਮੁੱਲ ਭਾਵੇਂ 1-15 1-20 ਇੱਕ ਦੱਸ ਦੀ ਦੇ ਦੇਈਏ, 1-10 ਦੀ ਵੇਖ ਲਾ ਵੀ ਤੇਰੇ ਹੱਥ ਵਾ ਸਾਬੀ ਜਿੰਨੀ ਛੋਟ ਹੁੰਦੀ ਕਰ। ਯੈਸ ਜੀ, ਉਹਨੂੰ 1-7 ਦੀ ਦੇਣੀ ਆ, 1-7 ਕਰ ਦੇਈਏ ਜੀ, ਵੀਰ ਕੋਈ ਮੁੜ ਕੇ ਐਵੇਂ ਟੱਕਰਾ ਨਾ ਮਾਰੇ, ਠੀਕ ਆ ਜੀ। ਲਓ ਦੋਸਤੋ ਤਿਆਰੀ ਆ ਸੂਣ ਦੀ, ਬਾਕੀ ਮੇਲ ਚਾਹੇ ਫੀਮੇਲ ਆਉਂਦਾ ਉਹ ਤੁਸੀਂ ਡਿਟੇਲ ਫੋਨ ਕਾਲ ਕਰਕੇ ਪੁੱਛ ਲਿਓ, ਠੀਕ ਆ, ਕਿਉਂਕਿ ਸੂਣ ਦੀ ਤਿਆਰੀ ਆ 5-10 ਮਿੰਟਾਂ ਦੇ ਵਿੱਚ ਸੁੱਕੂ ਕਰਨ ਵਾਲੀ। ਤੇ ਜੇਰ ਜੂਰ ਪ੍ਰੋਪਰ ਪੈ ਜੂਗੀ ਉਹਦੀ ਵੀ ਤੁਸੀਂ ਡਿਟੇਲ ਜਿਹੜੀ ਆ ਲੈ ਸਕਦੇ ਜੀ, ਠੀਕ ਆ। 1,07,000 ਦੀ ਇਹ ਤੁਹਾਨੂੰ ਮਿਲ ਜੂਗੀ। ਸੋ ਚੰਗੀ ਸੋਹਣੀ ਝੋਟੀ ਆ, ਪਸੰਦ ਆਊਗੀ, ਠੀਕ ਆ। ਅੱਛਾ ਸੋਨੂੰ ਵੀਰ, ਅੱਜ ਆਪਣੇ ਕੋਲ ਇਹੋ ਪਸ਼ੂ ਵੈਸੇ ਸਾਰੇ ਸੋਏ ਸੁਆਏ? ਹਾਂਜੀ ਸਰ, ਸਾਰੇ ਸੋਏ ਜੀ, 6 ਦੇ 6 ਸਾਰੀਆਂ ਸੋਈਆਂ, ਬਿਲਕੁਲ ਇੱਕ ਮੈਂ ਸੁਣਦੀ ਵੀ ਆ ਜੀ, ਬਿਲਕੁਲ ਜੀ ਬਿਲਕੁਲ। ਤੇ ਇੱਕ ਸੋਨੂੰ ਨੰਬਰ ਬੋਲਦੇ ਵੀਰ, ਆਪਣਾ ਨੰਬਰ ਆਪਣਾ 98-569-17-707-99-150-16-213, ਪਿੰਡ ਚੋਟੀਆਂ, ਤਹਿਸੀਲ ਧਰਮਗੜ੍ਹ, ਜ਼ਿਲ੍ਹਾ ਮੋਗਾ ਜੀ, ਠੀਕ ਆ ਜੀ। ਹਾਂਜੀ ਲਓ ਵੀ ਦੋਸਤੋ ਇਹ ਸਨ ਵੀਰ ਸੋਨੂੰ ਪਿੰਡ ਚੋਟੀਆਂ ਤੋਂ। ਤੇ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ, ਤਾਲਮੇਲ ਤੁਸੀਂ ਆਪਣਾ ਬਿਠਾਈ ਰੱਖਿਆ ਕਰੋ, ਠੀਕ ਹੈ ਜੀ। ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਸਮੇਂ ਸਮੇਂ ਨਾਲ ਲੈਂਦੇ ਰਿਹਾ ਕਰੋ, ਠੀਕ ਹੈ ਜੀ। ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।